ਸੋ PSW ਦੀਆਂ ਅਫਵਾਹਾਂ ਤੋਂ ਹੀ ਸਟਾਰਟ ਕਰਦੇ ਹਾਂ, ਇਹ ਅਫਵਾਹਾਂ ਕਿਉਂ ਆ ਰਹੀਆਂ? ਨੌਲੇਜ ਔਰ ਵਲੋਗਰ ਜਿਹੜੇ ਕਿ ਪ੍ਰੋਫੈਸ਼ਨਲੀ ਇਸ ਫੀਲਡ 'ਚ ਨਹੀਂ ਹੈਗੇ, ਸੋ ਤਾਂ ਕਰਕੇ ਇਹ ਅਫਵਾਹਾਂ ਫੈਲੀਆਂ। ਇੱਕ ਬੋਡੀ ਹੈ UK ਦੇ ਵਿੱਚ ਜਿਹੜੀ ਇਮੀਗ੍ਰੇਸ਼ਨ ਨੂੰ ਮਾਈਗ੍ਰੇਸ਼ਨ ਨੂੰ ਅਸੈਸ ਕਰਦੀ ਹੈ, ਕੰਟਰੋਲ। ਬਜਟ ਕਿੰਨਾ ਕੁ ਚਾਹੀਦਾ UK ਜਾਣ ਵਾਸਤੇ ਅਤੇ ਪ੍ਰੈਜੈਂਟਲੀ ਕਿਹੜੇ ਕਿਹੜੇ? ਇਸ਼ੂ ਵਾਲੇ ਬੱਚੇ ਦਾ ਖਰਚਾ 10 ਤੋਂ 12 ਲੱਖ ਤੱਕ ਜਾ ਸਕਦਾ ਹੈ। ਮਾਸਟਰਸ ਵਾਲੇ ਦਾ ਬੱਚੇ ਦਾ 6 ਮਹੀਨੇ ਦੀ ਫੀਸ ਦੇ ਨਾਲ 10 ਕੁ ਲੱਖ ਤੱਕ ਸਾਰਾ ਖਰਚਾ ਕੰਟਰੋਲ ਹੋ ਸਕਦਾ। ਵੈਲਕਮ ਹੈ ਸਟੂਡੈਂਟ ਸਾਰਿਆਂ ਦਾ, UK ਸਟੱਡੀ ਵੀਜ਼ਾ ਦੇ ਅਪਡੇਟਸ ਤੁਹਾਡੇ ਨਾਲ ਸ਼ੇਅਰ ਕਰਾਂਗੇ। PSW ਕਲੋਜ਼ ਹੋਣ ਦੀਆਂ ਅਫਵਾਹਾਂ ਤੁਸੀਂ ਵੀ ਸੁਣੀਆਂ ਹੋਣੀਆਂ, ਕੀ ਰਿਐਲਿਟੀ ਹੈ ਇਸ ਬਾਰੇ ਵੀ ਗੱਲ ਕਰਾਂਗੇ। ਅੱਜ ਦੇ ਸਾਡੇ ਗੈਸਟ ਨੇ ਬ੍ਰੌਡਵੇ ਇਮੀਗ੍ਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਅਮਰਜੀਤ ਸਿੰਘ ਕੰਵਰ। ਕੰਵਰ ਸਾਹਿਬ, ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਦੀਪਕ ਜੀ, ਪ੍ਰੋਗਰਾਮ ਦੇਖ ਰਹੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ। ਸੋ PSW ਦੀਆਂ ਅਫਵਾਹਾਂ ਤੋਂ ਹੀ ਸਟਾਰਟ ਕਰਦੇ ਹਾਂ, ਇਹ ਅਫਵਾਹਾਂ ਕਿਉਂ ਆ ਰਹੀਆਂ, ਕਿੰਨੀ ਕੁ ਰਿਐਲਿਟੀ? ਦੇਖੋ, PSW ਬੇਸਿਕਲੀ ਕੀ ਹੈ ਕਿ ਘੱਟ ਨੌਲੇਜ ਔਰ ਵਲੋਗਰ ਜਿਹੜੇ ਕਿ ਪ੍ਰੋਫੈਸ਼ਨਲੀ ਇਸ ਫੀਲਡ 'ਚ ਨਹੀਂ ਹੈਗੇ, ਸੋ ਤਾਂ ਕਰਕੇ ਇਹ ਅਫਵਾਹਾਂ ਫੈਲਦੀਆਂ ਨੇ। ਅਸਲ 'ਚ ਮੈਕ ਇੱਕ ਬੋਡੀ ਹੈ UK ਦੇ ਵਿੱਚ ਜਿਹੜੀ ਇਮੀਗ੍ਰੇਸ਼ਨ ਨੂੰ ਮਾਈਗ੍ਰੇਸ਼ਨ ਨੂੰ ਅਸੈਸ ਕਰਦੀ ਹੈ, ਕੰਟਰੋਲ ਕਰਦੀ ਹੈ। ਸੋ ਜਿੰਨੀਆਂ ਵੀ ਵੀਜ਼ਾ ਕੈਟੇਗਰੀਜ਼ ਆ ਉਹਨਾਂ ਨੇ ਸਾਰੀਆਂ ਉਹਨੂੰ ਦਿੱਤੀਆਂ ਹੋਈਆਂ ਨੇ ਗੌਰਮੈਂਟ ਨੇ ਕਿ ਤੁਸੀਂ ਬਈ ਇਹਨਾਂ ਨੂੰ ਅਸੈਸ ਕਰੋ, ਕਿੱਥੇ ਸਾਨੂੰ ਬੰਦੇ ਵਧਾਉਣ ਦੀ ਲੋੜ ਹੈ, ਕਿੱਥੇ ਘਟਾਉਣ ਦੀ ਲੋੜ ਹੈ। ਔਰ ਉਹਦੇ ਵਿੱਚ PSW ਵੀ ਗਿਆ ਹੋਇਆ ਇੱਕ ਨੋਰਮਲ ਕੈਟਾਗਰੀ ਦੇ ਵਾਂਗੂ, ਬਟ ਸ਼ੋਅ ਇੱਦਾਂ ਬਣਨ ਲੱਗ ਗਏ ਲੋਕਾਂ ਦੇ ਯੂਟਿਊਬ 'ਤੇ ਕਿ PSW ਬੰਦ ਹੋ ਗਿਆ ਜੀ, ਕਲੋਜ਼ ਹੋ ਗਿਆ ਜੀ। ਸੋ ਇੱਦਾਂ ਦਾ ਕੁਛ ਵੀ ਨਹੀਂ ਹੋ ਰਿਹਾ, ਠੀਕ ਹੈ ਜੀ। ਤੁਸੀਂ ਪਿੱਛੇ ਜੇ ਦੇਖਿਆ ਹੋਊਗਾ, Tier 2 ਵੀਜ਼ਾ ਵੀ ਗਿਆ ਸੀ, Tier 2 ਵੀਜ਼ੇ 'ਚੋਂ ਕੀ ਨਿਕਲ ਕੇ ਆਇਆ? ਸਿਰਫ ਕੇਅਰ ਵਰਕ ਬੰਦ ਕੀਤਾ, ਉਹ ਵੀ ਸਪਾਊਸ ਕੇਅਰ ਵਰਕ ਵੀਜ਼ਾ ਵੀ ਚੱਲਦਾ ਰਹਿਣ ਦਿੱਤਾ, ਬਾਕੀ ਵੀ ਕੈਟੇਗਰੀਆਂ ਚੱਲਦੀਆਂ ਰਹਿਣ ਦਿੱਤੀਆਂ, ਕਿਉਂਕਿ ਉਹ ਪੁਰਾਣੀਆਂ ਸਰਕਾਰਾਂ ਦੇ ਕਾਨੂੰਨ ਬਣੇ ਸੀ, ਨਵੀਆਂ ਸਰਕਾਰਾਂ ਨੇ ਉਹਨਾਂ ਨੂੰ ਉੱਪਰ ਥੱਲੇ ਤਾਂ ਕਰਨਾ ਹੀ ਸੀਗਾ ਆ ਕੇ। ਸੋ ਹੁਣ PSW ਵੀ ਆ, ਰਿਵਿਊ ਲਈ ਗਿਆ, ਬਟ ਇਹਦੇ ਕੋਈ ਬੰਦ ਹੋਣ ਦੇ ਚਾਂਸ ਨਹੀਂ ਹੈਗੇ, ਕੋਈ ਘੱਟ ਹੋਣ ਦੇ ਵੀ ਚਾਂਸ ਨਹੀਂ ਹੈਗੇ। ਪੋਸਟ ਸਟੱਡੀ ਵਰਕ ਵੀਜ਼ਾ ਦਰ ਬਦਰ ਚੱਲੇਗਾ, ਕਿਉਂਕਿ ਅਗਰ ਉਹ ਨਹੀਂ ਚਲਾਉਣਗੇ ਤਾਂ ਫਿਰ ਉਹਨਾਂ ਦੀਆਂ ਆਪਣੀਆਂ ਯੂਨੀਵਰਸਿਟੀਆਂ ਦੇ ਵਿੱਚ ਪ੍ਰੋਬਲਮ ਹੋ ਜੂਗੀ, ਵੀ ਉੱਥੇ ਉਹਨਾਂ ਦੇ ਖਰਚੇ ਪੂਰੇ ਨਹੀਂ ਹੋਣੇ। ਸੋ ਇਹਦੀ ਚਾਂਸਿਸ ਬਹੁਤ ਨਾ ਦੇ ਬਰਾਬਰ ਨੇ ਕਿ ਉਹਦੇ ਵਿੱਚ ਕੋਈ PSW ਕਲੋਜ਼ ਹੋ ਸਕਦਾ। ਸੋ ਨਿਸ਼ਚਿੰਤ ਬੇਫਿਕਰ ਹੋ ਕੇ UK ਜਾਓ, ਇਹ PSW ਬਿਲਕੁਲ ਬੰਦ ਨਹੀਂ ਹੋ ਰਿਹਾ ਜੀ। ਸੋ ਜਾ ਸਕਦੇ ਹੋ ਸਟੂਡੈਂਟਸ ਤੁਸੀਂ UK, ਗੱਲ ਕਰਦੇ ਆ ਬਜਟ ਕਿੰਨਾ ਕੁ ਚਾਹੀਦਾ UK ਜਾਣ ਵਾਸਤੇ ਤੇ ਪ੍ਰੈਜੈਂਟਲੀ ਕਿਹੜੇ ਕਿਹੜੇ ਇਨਟੇਕ? ਦੇਖੋ, ਐਵਰੇਜਲੀ ਆਪਾਂ ਗੱਲ ਕਰੀਏ, ਬਹੁਤ ਸਾਰੀਆਂ ਯੂਨੀਵਰਸਿਟੀਆਂ 6 ਮਹੀਨੇ ਦੀ ਫੀਸ ਲੈ ਲੈਂਦੀਆਂ ਨੇ, ਤਕਰੀਬਨ 6 ਕੁ ਲੱਖ ਦੇ ਲਾਗੇ ਛੱਕੇ ਜਾਂਦੀ ਹੈ। ਬਾਕੀ ਜਿਹੜੇ ਖਰਚੇ ਆ, ਜਿਹਦੇ 'ਚ ਐਮਬੈਸੀ ਫੀਸ ਹੈ, ਇੰਸ਼ੋਰੈਂਸ ਹੈ ਮੇਜਰ ਤੌਰ 'ਤੇ, +2 ਵਾਲੇ ਬੱਚੇ ਦਾ ਖਰਚਾ 10 ਤੋਂ 12 ਲੱਖ ਤੱਕ ਜਾ ਸਕਦਾ ਹੈ। ਮਾਸਟਰਸ ਵਾਲੇ ਦਾ ਬੱਚੇ ਦਾ 6 ਮਹੀਨੇ ਦੀ ਫੀਸ ਦੇ ਨਾਲ 10 ਕੁ ਲੱਖ ਤੱਕ ਸਾਰਾ ਖਰਚਾ ਕੰਟਰੋਲ ਹੋ ਸਕਦਾ ਹੈ। ਬਾਕੀ ਡਿਪੈਂਡ ਹੈ ਬੱਚਾ ਕਿੱਦਾਂ ਦੀ ਯੂਨੀਵਰਸਿਟੀ ਜਾਂਦਾ ਹੈ ਜਾਂ ਕਿੱਦਾਂ ਦੀਆਂ ਆਪਸ਼ਨਸ ਨੂੰ ਲੈਂਦਾ ਹੈ। ਔਰ ਆਹ ਵੀ ਹੈ ਕਿ UK ਕਈਆਂ ਨੂੰ ਵਹਿਮ ਹੈ ਵੀ ਸਪਾਊਸ ਨਹੀਂ ਜਾ ਸਕਦਾ, ਤਾਂ ਮੈਂ ਉਹ ਵੀ ਦੱਸ ਦਿੰਦਾ ਜੀ, ਜਿਹੜੇ ਬੱਚਿਆਂ ਕੋਲ ਆਈਲੈਟ ਸਕੋਰ ਹੈ, ਗ੍ਰੈਜੂਏਸ਼ਨ ਹੈ, ਆਈਲੈਟ 6 ਓਵਰਆਲ 5.5 ਹੈ, ਉਹ ਬਿਲਕੁਲ ਆਪਣੇ ਸਪਾਊਸ ਦੇ ਨਾਲ UK ਜਾ ਸਕਦੇ ਨੇ, ਉਹਨਾਂ ਨੂੰ ਕੋਈ ਦਿੱਕਤ ਨਹੀਂ ਹੈ। ਬਸ ਪ੍ਰੋਗਰਾਮ ਯੂਨੀਵਰਸਿਟੀਆਂ ਸਿਲੈਕਟਡ ਮਿਲਣਗੀਆਂ, ਜਿਹੜੀ ਮਰਜ਼ੀ 'ਚ ਨਹੀਂ ਜਾ ਸਕਦੇ। ਸੋ ਉਹਦੇ ਲਈ ਤੁਸੀਂ ਟੀਮ ਨੂੰ ਕੰਟੈਕਟ ਕਰਕੇ ਜਾਣ ਲਿਓ, ਜੇ ਤੁਹਾਡੇ 'ਚ ਉਹਦੇ ਲਈ ਕੋਈ ਫਾਇਦੇ ਦੀ ਚੀਜ਼ ਨਿਕਲਦੀ ਹੈ ਤਾਂ ਨਿਸ਼ਚਿੰਤ ਬੇਫਿਕਰ ਹੋ ਕੇ ਤੁਸੀਂ ਪਰਿਵਾਰ ਨਾਲ ਅੱਜ ਵੀ UK ਜਾ ਸਕਦੇ ਹੋ ਸਟੱਡੀ ਵੀਜ਼ਾ 'ਤੇ। ਸੋ ਸਟੂਡੈਂਟਸ, UK 'ਤੇ ਅਸੀਂ ਰੈਗੂਲਰ ਵਾਚ ਰੱਖਦੇ ਹਾਂ, UK ਦੇ ਅਪਡੇਟਸ ਰੈਗੂਲਰ ਬੇਸਿਸ 'ਤੇ ਇਸ ਚੈਨਲ 'ਤੇ ਸ਼ੇਅਰ ਹੁੰਦੇ ਨੇ। ਜੇ ਪਲੈਨ ਕਰ ਰਹੇ ਹੋ UK ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖੋ। ਬਹੁਤ ਬਹੁਤ ਧੰਨਵਾਦ, ਥੈਂਕ ਯੂ।